ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਜੀ ਤੁਹਾਡਾ ਗੁਰਮੀਤ ਸਾਜਨ। ਅੱਜ ਮੈਂ ਲੁਧਿਆਣਾ ਸ਼ਹਿਰ ਦੇ ਵਿੱਚ ਸਟੂਡੀਓ 333 ਦੇ ਵਿੱਚ ਇੱਥੇ ਬੈਠੇ ਹੋਏ ਹਾਂ। ਇੱਥੇ ਬਕਾਇਦਾ ਮੇਰਾ ਛੋਟਾ ਵੀਰ ਵਿਦੇਸ਼ਾ, ਮੈਂ ਨਾਂ ਪਹਿਲੀ ਵਾਰ ਸੁਣਿਆ, ਇਹ ਦੁਨੀਆ 'ਤੇ ਨਾਂ ਹੀ ਹੈ ਨਹੀਂ ਵਿਦੇਸ਼ਾ। ਸੋ ਬਹੁਤ ਅੱਛਾ ਨਾਮ ਔਰ ਬਹੁਤ ਹੀ ਅੱਛਾ ਐਡੀਟਰ ਹੈ। ਇੱਥੇ ਬਕਾਇਦਾ ਜਿਹੜਾ ਟੇਬਲ ਐਪਲ ਦਾ ਲੱਗਾ ਹੋਇਆ, ਇੱਥੇ ਅਸੀਂ ਅੱਜ ਗਿੱਲ ਹਰਦੀਪ ਭਾਜੀ ਦਾ ਜਿਹੜਾ ਸੌਂਗ ਆ ਰਿਹਾ ਜਿਉਣਾ ਮੌੜ, ਉਹਦੇ ਉੱਪਰ ਅਸੀਂ ਜਿਹੜਾ ਉਹਦੀ ਐਡੀਟਿੰਗ ਇਹਦੇ ਕੋਲੋਂ ਬਕਾਇਦਾ ਕਰਾਉਣ ਆਏ ਹੋਏ ਹਾਂ। ਔਰ ਮੇਰੇ ਨਾਲ ਮੇਰੇ ਜਿਹੜੇ ਸਾਥੀ ਗੁਰਮੀਤ, ਮੇਰਾ ਨਾਂ ਵੀ ਗੁਰਮੀਤ, ਇਹਨਾਂ ਦਾ ਨਾਂ ਵੀ ਗੁਰਮੀਤ, ਸੋ ਅਸੀਂ ਪਲੱਸ ਗੁਰਮੀਤ ਦੇ ਅੰਡਰ ਜਿਹੜਾ ਡਾਇਰੈਕਸ਼ਨ ਥੱਲੇ ਕੰਮ ਕਰਦੇ ਹਾਂ। ਤੁਸੀਂ ਅਕਸਰ ਵੀ ਹੋਰ ਗਾਣੇ ਜਿਹੜੇ ਦੇਖਦੇ ਹੋ। ਸੋ ਬਹੁਤ ਅੱਛਾ ਮਾਹੌਲ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਆਮ ਜਦੋਂ ਕਿਤੇ ਜਾਈਦਾ ਤਾਂ ਜ਼ਿਆਦਾ ਚਿਰ ਉੱਥੇ ਆਪਾਂ ਬੈਠ ਨਹੀਂ ਸਕਦੇ ਹੁੰਦੇ, ਪਰ ਮੈਨੂੰ ਜਿਹੜਾ ਟੋਟਲ ਜਿਹੜਾ ਸਟੂਡੀਓ ਦਾ ਲੱਗਿਆ ਨਾ, ਸਾਰੇ ਦਾ ਸਾਰਾ ਮਾਹੌਲ ਬਹੁਤ ਅੱਛਾ ਲੱਗਿਆ। ਸੋ ਬਹੁਤ ਹੀ ਵਧੀਆ ਜੀ। ਕਹਿੰਦੇ 33 ਨੰਬਰਾਂ ਵਾਲਾ ਪਾਸ ਹੁੰਦਾ ਅਤੇ ਵਿਦੇਸ਼ਾ ਤਾਂ 333 ਲਈ ਫਿਰਦਾ ਸਟੂਡੀਓ। ਸੋ ਬਾਈ ਇਹ ਤਾਂ ਪਾਸ ਹੈ ਸੱਚੀ। ਆਹ ਧਰਮ ਨਾਲ ਅਖੀਰਲੀ ਗੱਲ ਨੇ ਨਾ ਮੈਨੂੰ ਕੀਲ ਕੇ ਰੱਖਤਾ।